ਇੰਦਰੀ ਕਰਨਾਲ ਰੋਡ ਤੇ ਪਿੰਡ ਸਮੋਰਾ ਦੇ ਨੇੜੇ ਦੇਰ ਰਾਤ ਦੋ ਟਰੱਕਾਂ ਦੀ ਇੰਨੀ ਭਿਆਨਕ ਟੱਕਰ ਹੋਈ ਕਿ ਦੋਵੇਂ ਟਰੱਕਾਂ ਵਿੱਚ ਬੁਰੀ ਤਰ੍ਹਾਂ ਅੱਗ ਲੱਗ ਅਤੇ ਜਿਸ ਵਿੱਚ ਇੱਕ ਡਰਾਈਵਰ ਜਿੰਦਾ ਜਲ ਗਿਆ, ਜਿਸ ਨੂੰ ਵੇਖਦਿਆਂ ਦੂਜੇ ਟਰੱਕ ਦਾ ਡਰਾਈਵਰ ਤੇ ਉਸਦਾ ਸਾਥੀ ਮੌਕੇ ਤੇ ਹੀ ਫਰਾਰ ਹੋ ਗਏ। ਜਿਉਂ ਹੀ ਇਸ ਹਾਦਸੇ ਦੀ ਖਬਰ ਪੁਲਿਸ ਨੂੰ ਲੱਗੀ ਤਾਂ ਉਹ ਮੌਕੇ ਤੇ ਪਹੁੰਚ ਗਈ। ਮੌਕੇ ਤੇ ਮੌਜੂਦ ਗਵਾਹਾਂ ਮੁਤਾਬਿਕ ਦੋਵੇਂ ਗੱਡੀਆਂ ਵਿੱਚ ਅੱਗ ਇੰਨੀ ਭਿਆਨਕ ਲੱਗ ਗਈ ਕਿ ਡਰਾਈਵਰ ਨੂੰ ਬਾਹਰ ਨਹੀਂ ਕੱਢਿਆ ਜਾ ਸਕਿਆ। ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਬੜੀ ਮੁਸ਼ਕਿਲ ਨਾਲ ਅੱਗ ਤੇ ਕਾਬੂ ਪਾਇਆ। ਤਦ ਤੱਕ ਡਰਾਈਵਰ ਬੁਰੀ ਤਰ੍ਹਾਂ ਝੁਲਸ ਚੁੱਕਿਆ ਸੀ। ਪੰਚਾਇਤ ਕਰਵਾ ਰਹੀ ਹੈਗੀ, ਲੱਖਾ ਸਿੰਘ ਸਰਪੰਚ ਹੈਗਾ ਤੇ ਇੱਕ ਭੰਗਾ ਸਿੰਘ ਮੈਂਬਰ ਹੈ ਜੀ ਤੇ ਬੰਤ ਕੌਰ ਸਰਪੰਚ ਨੇ ਪਹਿਲਾਂ ਪੁਰਾਣੀ ਇਹ ਮਾਤਾ ਸਾਹਿਬ ਦੇ ਵਾਂਝੰਡ ਸਰ ਸੋਣੀ ਇਹ ਜੀ ਵਾਹਣ ਪਿੱਛੇ ਹੋਈ ਆ ਜੀ ਅਤੇ ਕਬਜ਼ਾ ਸਾਡਾ, ਅਸੀਂ ਸਟੇਅ ਲੈਤੀ ਹੋਈ ਆ ਜੀ ਅਤੇ ਹੁਣ ਜ਼ਬਰਦਸਤੀ ਸਾਡੇ ਨਾਲ ਜਾ ਕੇ ਧੱਕਾ ਕੀਤਾ, ਸਾਡੇ ਸੱਟਾਂ ਮਾਰੀਆਂ। ਸਾਡੇ ਜੀ ਅਸੀਂ ਦੋ ਤਿੰਨ ਬੰਦੇ ਜ਼ਖਮੀ ਆ ਅਤੇ ਬਾਕੀ ਸਾਡੇ ਦੂਏ ਬੰਦਿਆਂ ਨੂੰ ਉਹਨਾਂ ਨੂੰ ਕਿਸੇ ਨੇ ਕੁਛ ਨਹੀਂ ਕਿਹਾ, ਪੁਲਿਸ ਨੇ ਸਾਡੇ ਬੰਦਿਆਂ ਨੂੰ ਸਮਾਂ ਪੁਲਿਸ ਲਏਗੀ ਚੱਕ ਕੇ। ਸਾਡੇ ਕੋਲ ਦੋ ਬੰਦੇ ਆਏ ਆ ਜੀ, ਨਿਹੰਗ ਸਿੰਘ ਹੈਗੇ ਆ, ਦੋਵੇਂ ਸ਼ਾਹਪੁਰ ਤੋਂ ਆਏ ਹੈਗੇ ਆ, ਇਹਨਾਂ ਦਾ ਕੋਈ ਝਗੜਾ ਝੁਗੜਾ ਹੋਇਆ ਉੱਥੇ ਪਿੰਡ ਦੇ ਵਿੱਚ ਅਤੇ ਦੋਵਾਂ ਨੂੰ ਅਸੀਂ ਦਾਖਲ ਕਰ ਲਿਆ ਹੈਗਾ, ਉਹਨਾਂ ਦੀ ਪੱਟੀਆਂ ਟਾਂਕੇ ਵਗੈਰਾ ਲਗਾਤੇ ਹੈਗੇ ਆ ਅਤੇ ਉਹਨਾਂ ਦਾ ਟ੍ਰੀਟਮੈਂਟ ਸਟਾਰਟ ਕਰ ਦਿੱਤਾ। ਸੱਟਾਂ ਦੇਖੋ ਜੀ ਇਹਨਾਂ ਦੇ ਐਕਸੀਡੈਂਟ ਵਾਈਜ਼ ਕੀਤੇ ਆ, ਬਾਕੀ ਉਹਦੇ 'ਚ ਪਤਾ ਲੱਗੇਗਾ ਵੀ ਕਿ ਕੋਈ ਫ੍ਰੈਕਚਰ ਵਗੈਰਾ ਹੈ ਕਿ ਨਹੀਂ ਹੈ। ਠੀਕ ਜੀ, ਪੰਚਾਇਤ ਦੀ ਜ਼ਮੀਨ ਦੇ ਸੰਬੰਧ ਦੇ ਵਿੱਚ ਕੋਈ ਆਪਸ ਦੇ ਵਿੱਚ ਕਲੈਸ਼ ਹੋਇਆ ਨਿਹੰਗ ਸਿੰਘਾਂ ਦਾ ਅਤੇ ਪਿੰਡ ਦੇ ਬੰਦਿਆਂ ਦਾ? ਅਤੇ ਜੋ ਆਪਣਾ ਸ਼੍ਰੀ ਵਿਕਾਸ ਪ੍ਰਾਪਤ ਨੂੰ ਬਿਲੋਂਗ ਕਰਦੇ ਨੇ ਅਤੇ ਉਹਨਾਂ ਦੇ ਇਸ ਆਪਣਾ ਇਸ ਕਲੈਸ਼ ਦੇ ਵਿੱਚ ਇੱਕ ਬੰਦੇ ਦੀ ਡੈਥ ਹੋ ਗਈ ਹੈ ਅਤੇ ਨੌ ਬੰਦੇ ਇੱਕ ਪਾਰਟੀ ਦੇ ਜ਼ਖਮੀ ਨੇ ਅਤੇ ਦੋ ਬੰਦੇ ਇੱਕ ਪਾਰਟੀ ਦੇ ਜ਼ਖਮੀ ਨੇ। ਮਾਮਲੇ ਦੀ ਤਫਤੀਸ਼ ਕਰਕੇ ਕੇਸ ਰਜਿਸਟਰ। For good health, please subscribe A1 Healthcare. For better music, subscribe A1 Music. For best informational programs, please subscribe A1 Punjabi TV. And for all updated news, please subscribe A1 News.